ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਡਰੱਗ ਐਡਿਕਸ਼ਨ ਦਾ ਯਾਨੀ ਕਿ ਨਸ਼ਿਆਂ ਦਾ ਮਾਮਲਾ ਅੱਜ ਕੱਲ੍ਹ ਬਹੁਤ ਪਖਿਆ ਹੋਇਆ। ਇਸੇ ਦੇ ਉੱਪਰ ਹੀ ਅਸੀਂ ਇੱਕ ਸਵਾਲ ਖੜਾ ਕੀਤਾ ਸੀ ਕਿ ਕੀ ਐਡਿਕਸ਼ਨ ਡਰੱਗਸ ਨੇ ਜਿਹੜੀਆਂ ਉਹ ਇੱਕ ਰਸਾਇਣਕ ਹਥਿਆਰ ਹੈ, ਕੀ ਉਹ ਕੈਮੀਕਲ ਵੈਪਨ ਹੈ, ਇੱਕ ਕੁਐਸਚਨ ਮਾਰਕ ਕੀਤਾ ਸੀ। ਔਰ ਸਾਨੂੰ ਵੀ ਇਹ ਕੋਈ ਸਵਾਲ ਪੁੱਛ ਸਕਦਾ ਹੈ ਕਿ ਜੇਕਰ ਸਾਰਾ ਸਮਾਜ ਹੀ ਇਸ ਨੂੰ ਵਿਚਾਰੀ ਜਾ ਰਿਹਾ, ਹਰ ਸੁਸਾਇਟੀ ਦਾ ਹਰ ਵਿਅਕਤੀ ਹਰ ਤਬਕੇ ਦਾ ਸਿਆਣਾ ਬੰਦਾ ਇਹਦੇ 'ਤੇ ਵਿਚਾਰ ਕਰ ਹੀ ਰਿਹਾ, ਤਾਂ ਫਿਰ ਸਾਨੂੰ ਕੀ ਜ਼ਰੂਰਤ ਹੈ ਕਿ ਅਸੀਂ ਇਸ ਨੂੰ ਦੁਹਰਾ ਕੇ ਗੱਲ ਕਰੀਏ ਆਪਣੇ ਇਸ ਸੀਰੀਜ਼ 'ਚ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਕੁਝ ਆਸਪੈਕਟ ਜਿਹੜੇ ਕਿ ਅਤਿਅੰਤ ਗੰਭੀਰ ਨੇ, ਸਗੋਂ ਜਿਨ੍ਹਾਂ ਦੇ ਉੱਤੇ ਮਾਮਲਾ ਕੇਂਦਰਿਤ ਹੋਣਾ ਚਾਹੀਦਾ ਵਿਚਾਰ ਵਟਾਂਦਰੇ ਦਾ, ਉਸ ਪਾਸੇ ਵੱਲ ਨੂੰ ਨਹੀਂ ਜਾਇਆ ਜਾ ਰਿਹਾ। ਤੁਸੀਂ ਸਾਡੇ ਪਹਿਲੇ ਐਪੀਸੋਡ ਦੇ ਵਿੱਚ ਸੁਣਿਆ ਜਿਹੜੇ ਕਿ ਰਿਟਾਇਰ ਹੋਏ ਨੇ ਸਿਵਲ ਸਰਜਨ ਡਾਕਟਰ ਅਜੀਤਪਾਲ ਸਿੰਘ ਜੀ, ਜਿਨ੍ਹਾਂ ਨੇ ਇੱਕ ਜਨਰਲ ਕਮੈਂਟਰੀ ਇਹਦੇ ਉੱਤੇ ਕੀਤੀ ਸੀ, ਉਹ ਇਸ ਸੀਰੀਅਲ ਦਾ ਪਹਿਲਾ ਭਾਗ ਸੀ। ਲੇਕਿਨ ਹੁਣ ਅਸੀਂ ਇਸ ਨੂੰ ਜਿਸ ਤਰ੍ਹਾਂ ਸੀਰੀਅਲਾਈਜ਼ ਕਰਨ ਜਾ ਰਹੇ ਹਾਂ, ਇੱਕ ਇਹਦੇ ਛੋਟੇ ਛੋਟੇ ਪੱਖ ਦੇ ਲੈ ਕੇ ਉਹਨਾਂ ਦੇ ਉੱਤੇ ਵਿਚਾਰ ਕਰਨ ਦੇ ਲਈ, ਲਗਾਤਾਰ ਵਿਚਾਰ ਕਰਨ ਦੇ ਲਈ ਅਸੀਂ ਡਾਕਟਰ ਸੁਰਿੰਦਰ ਸਿੰਘ ਸਿੱਧੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਦੇ ਵਿੱਚ ਪਾਰਟੀਸਪੇਟ ਕਰਨ ਔਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨ। ਔਰ ਉਹ ਇਕੱਲਾ ਇਕੱਲਾ ਆਸਪੈਕਟ, ਉਹਦਾ ਇਕੱਲਾ ਇਕੱਲਾ ਪੱਖ ਹੈ ਜੋ ਅਸੀਂ ਉਸ ਨੂੰ ਲੈਂਦੇ ਜਾਵਾਂਗੇ। ਡਾਕਟਰ ਸੁਰਿੰਦਰ ਸਿੱਧੂ MD ਨੇ ਔਰ ਉਹ ਇਸ ਦੇ ਮਾਹਿਰ ਨੇ, ਇਸ ਦੇ ਉੱਤੇ ਬੜੀ ਖੋਜ ਕੀਤੀ ਹੈ ਉਹਨਾਂ ਨੇ ਨਸ਼ਿਆਂ ਦੇ ਮਾਮਲੇ ਦੇ ਵਿੱਚ। ਦੋ ਪੁਸਤਕਾਂ ਉਹਨਾਂ ਦੀਆਂ ਇਹਦੇ ਉੱਤੇ ਛਪ ਚੁੱਕੀਆਂ ਨੇ, ਇੱਕ ਨਸ਼ੇ ਕਾਰਨ ਅਤੇ ਇਲਾਜ ਔਰ ਦੂਸਰੀ ਹੈ ਨਸ਼ਿਆਂ ਤੋਂ ਮੁਕਤੀ ਕਿਵੇਂ ਪਾਵਾਂਗੇ। ਔਰ ਇਸੇ ਤਰ੍ਹਾਂ ਹੀ ਕੁਝ ਸਮਾਜ ਦੇ ਹੋਰ ਗੰਭੀਰ ਮਸਲੇ ਜਿਵੇਂ ਕਿ ਭਰੂਣ ਹੱਤਿਆ ਵੀ ਇਸੇ ਤਰ੍ਹਾਂ ਹੀ ਬਹੁਤ ਚਰਚਾ ਵਿੱਚ ਹੈ। ਭਰੂਣ ਹੱਤਿਆ ਦੇ ਉੱਤੇ ਉਹਨਾਂ ਦਾ ਇੱਕ ਵੱਖਰਾ ਕੰਮ ਹੈ, ਖੋਜ ਹੈ, ਰਿਸਰਚ ਵਰਕ ਹੈ, ਜਿਹਦੀ ਕਿਤਾਬ ਛਪ ਚੁੱਕੀ ਹੈ, ਆ ਚੁੱਕੀ ਹੈ, ਭਰੂਣ ਹੱਤਿਆ ਘੋਰ ਅਪਰਾਧ। ਔਰ ਇਸੇ ਤਰ੍ਹਾਂ ਹੀ ਰਾਜਨੀਤਿਕ ਮਸਲਿਆਂ ਦੇ ਉੱਤੇ ਵੀ ਉਹਨਾਂ ਨੇ ਕੁਝ ਕੰਮ ਕੀਤਾ ਹੋਇਆ, ਜਿਸ ਤਰ੍ਹਾਂ ਕਿ 9-11। ਡਾਕਟਰ ਸਿੱਧੂ ਸਾਹਿਬ ਸਾਡੇ ਵਿੱਚ ਹਾਜ਼ਰ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਸਟੂਡੀਓ ਵਿੱਚ ਆਉਣ ਦੇ ਉੱਤੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦੇ ਵਿਚਾਰ ਜਾਣਾਂਗੇ ਕਿ ਉਹ ਇਸ ਨਸ਼ੇ ਦੇ ਵਿਸ਼ੇ ਨੂੰ ਕਿਸ ਤਰ੍ਹਾਂ ਲੈਂਦੇ ਨੇ ਅਤੇ ਇਹ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਪੈਦਾ ਹੋ ਗਿਆ। ਚਲੋ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਹ ਚੈਨਲ ਦੇ ਉੱਤੇ ਇਸ ਡਿਸਕਸ਼ਨ ਨੂੰ ਸ਼ੁਰੂ ਕੀਤਾ ਔਰ ਮੈਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ। ਨਸ਼ਿਆਂ ਦੀ ਸਮੱਸਿਆ ਜਿਹੜੀ ਹੈ, ਉਸ ਦਾ ਅਗਰ ਸਹੀ ਤੌਰ 'ਤੇ ਅੰਦਾਜ਼ਾ ਲਗਾਉਣਾ ਹੋਵੇ ਤਾਂ ਉਸ ਪਰਿਵਾਰ ਕੋਲੋਂ ਲਗਾਇਆ ਜਾ ਸਕਦਾ, ਉਸ ਪਰਿਵਾਰ ਦੇ ਕੋਲੋਂ ਪੁੱਛ ਕੇ ਲਗਾਇਆ ਜਾ ਸਕਦਾ ਜਿਸ ਪਰਿਵਾਰ ਦਾ ਕੋਈ ਜੀ ਜਿਹੜਾ ਆ, ਕੋਈ ਬੱਚਾ ਜਿਹੜਾ, ਕੋਈ ਨੌਜਵਾਨ ਜਿਹੜਾ ਕਿ ਨਸ਼ੇਈ ਬਣ ਚੁੱਕਾ ਹੈ। ਔਰ ਇਸ ਵੇਲੇ ਪੰਜਾਬ ਦੇ ਵਿੱਚ, ਅਸੀਂ ਪੰਜਾਬ ਦੀ ਜ਼ਿਆਦਾ ਗੱਲ ਕਰਾਂਗੇ ਕਿ ਸਾਡਾ ਸੂਬਾ ਹੈ, ਪੰਜਾਬ ਦੇ ਵਿੱਚ ਇਸ ਵੇਲੇ 65% ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀ ਜਿਹੜੇ ਨੇ ਉਹ ਨਸ਼ੇ ਕਰਦੇ ਨੇ, ਔਰ ਉਹ ਪਰਿਵਾਰ ਜਿਹੜੇ ਨੇ ਉਹ ਅਤਿਅੰਤ ਦੁਖੀ ਨੇ, ਕਿਉਂਕਿ ਨਸ਼ਿਆਂ ਦੀ ਜਿਹੜੀ ਸਮੱਸਿਆ ਹੈ ਉਹ ਇੰਨੀ ਗੰਭੀਰ ਹੈ ਕਿ ਜਦੋਂ ਇਹ ਸ਼ੁਰੂ ਹੋ ਜਾਂਦੀ ਹੈ ਇਹਦਾ ਫਿਰ ਹੱਲ ਲੱਭਣਾ ਜਿਹੜਾ ਹੈ ਉਹ ਬੜਾ ਮੁਸ਼ਕਲ ਹੋ ਜਾਂਦਾ ਹੈ। ਡਾਕਟਰ ਸਾਹਿਬ, ਤੁਹਾਡੀ ਇਸ ਗੱਲ ਦੇ ਉੱਤੋਂ ਮੈਨੂੰ ਇਹ ਪ੍ਰਭਾਵ ਗਿਆ ਕਿ ਜਦੋਂ ਇਹ ਲੱਗ ਜਾਂਦਾ, ਨਸ਼ਾ ਸ਼ੁਰੂ ਹੋ ਜਾਂਦਾ, ਫਿਰ ਇਹਦਾ ਇਲਾਜ ਲੱਭਣਾ ਬੜਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਅਸੀਂ ਕਿਸੇ ਇੱਕ ਧਿਰ ਨੂੰ 100% ਦੀ ਬਲੇਮ ਨਹੀਂ ਕਰ ਸਕਦੇ ਕਿ ਇਹ ਫਲਾਣੀ ਧਿਰ ਦੀ ਵਜ੍ਹਾ ਕਰਕੇ ਨਹੀਂ ਹੱਲ ਰਿਹਾ। ਬਿਲਕੁਲ ਨਹੀਂ, ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ। ਨਸ਼ਾ ਕਿਵੇਂ ਲੱਗਾ, ਉਹਦੇ ਕਾਰਨ ਕੀ ਸੀ, ਉਹਦੀਆਂ ਪਰਿਸਥਿਤੀਆਂ ਕੀ ਸੀ, ਲੇਕਿਨ ਉਹ ਲੱਗ ਗਿਆ। ਜਦੋਂ ਉਹ ਲੱਗ ਗਿਆ, ਇੱਕ ਵਿਅਕਤੀ ਜਿਹੜਾ ਉਹ ਨਸ਼ੇਈ ਬਣ ਗਿਆ, ਫਿਰ ਉਹਦਾ ਇਲਾਜ ਜਿਹੜਾ ਆ ਉਹ ਬਹੁਤ ਮੁਸ਼ਕਲ ਹੈ ਜੀ। ਇਹਦੇ ਉੱਤੇ ਬਹੁਤ ਜ਼ਿਆਦਾ ਖੋਜ ਹੋ ਰਹੀ ਹੈ, ਨਵੇਂ ਨਵੇਂ ਤਰੀਕੇ ਲੱਭੇ ਜਾ ਰਹੇ ਹੈ, ਔਰ ਸਾਡਾ ਜ਼ਿਆਦਾ ਧਿਆਨ ਇਸ ਵੇਲੇ ਬਾਕੀ ਮੁੱਦਿਆਂ ਤੋਂ ਥੋੜ੍ਹਾ ਉੱਪਰ ਉੱਠ ਕੇ ਇਸ ਵੇਲੇ ਇਹ ਹੈ ਕਿ ਜਿਹੜਾ ਨਸ਼ੇਈ ਹੈ ਉਹਨੂੰ ਅਸੀਂ ਕੋਈ ਅਪਰਾਧੀ ਵਿਅਕਤੀ ਨਾ ਸਮਝੀਏ, ਲੇਕਿਨ ਉਹਨੂੰ ਇੱਕ ਬਿਮਾਰ ਵਿਅਕਤੀ ਸਮਝ ਕੇ ਉਹਦਾ ਇਲਾਜ ਜਿਹੜਾ ਆ ਉਹ ਕਰੀਏ, ਤਾਂ ਕਿ ਉਹ ਆਪਣਾ ਇਲਾਜ ਕਰਵਾ ਕੇ ਨਸ਼ਿਆਂ ਨੂੰ ਛੱਡ ਕੇ ਸਮਾਜ ਦੀ ਮੁੱਖ ਧਾਰਾ ਜਿਹੜੀ ਆ ਉਹਦੇ ਵਿੱਚ ਵਾਪਸ ਆ ਸਕੇ ਜੀ। ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਜਿਹੜੇ ਨਸ਼ੇਈ ਆ ਉਹਨਾਂ ਦੀ ਗਿਣਤੀ ਜਿਹੜੀ ਆ ਘਟੇਗੀ ਜੀ। ਜਦੋਂ ਨਸ਼ਈਆਂ ਦੀ ਗਿਣਤੀ ਘਟੇਗੀ
ਤੇ ਨਸ਼ਿਆਂ ਦੀ ਜਿਹੜੀ ਆਮਦ ਹੈ, ਵਿਕਰੀ ਹੈ, ਵਪਾਰ ਹੈ, ਉਹ ਵੀ ਘਟੇਗੀ। ਸੋ ਉਹਦੇ ਘਟਣ ਦੇ ਨਾਲ, ਨਸ਼ਈਆਂ ਦੀ ਗਿਣਤੀ ਘਟਣ ਦੇ ਨਾਲ ਸਾਡੇ ਸਮਾਜ ਵਿੱਚ ਜਿਹੜੇ ਬਹੁਤ ਜ਼ਿਆਦਾ ਜੁਰਮ ਪੈਦਾ ਹੋ ਗਏ ਨੇ, ਛੋਟੇ ਤੋਂ ਲੈ ਕੇ ਵੱਡੇ ਤੱਕ, ਉਹ ਵੀ ਘਟਣਗੇ। ਅਸੀਂ ਆਪਣੀ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਡਾਕਟਰ ਸਾਹਿਬ ਦੇ ਇਸ ਪਿਛੋਕੜ ਦੇ ਬਾਰੇ ਮੈਂ ਇੱਕ ਟਿੱਪਣੀ ਕਰਨੀ ਚਾਹੁੰਦਾ ਡਾਕਟਰ ਸਾਹਿਬ, ਜਿਹੜੀ ਮੈਂ ਤੁਹਾਡਾ ਇਹ ਪੁਸਤਕ ਪੜ੍ਹਨ ਤੋਂ ਬਾਅਦ ਜੋ ਮੈਂ ਨਜ਼ਰ ਆਇਆ ਕਿ ਚਿੰਤਾਤਰ ਹਰ ਕੋਈ ਹੈ ਲੇਕਿਨ ਇਸ ਦੀਆਂ ਜੜ੍ਹਾਂ ਖੋਜੀਆਂ ਜਾਣ, ਉਸ ਪਾਸੇ ਵੱਲ ਨੂੰ ਇਹ ਕਿਉਂ ਗਏ? ਇਹਨਾਂ ਦੀ ਇੱਕ ਭਾਵਕ ਸਥਿਤੀ ਸੀ, ਮਾਨਸਿਕ ਸਥਿਤੀ, ਇਹਨਾਂ ਨੇ ਆਪਣੇ, ਇਸ ਤੋਂ ਇੰਪ੍ਰੈਸ਼ਨ ਮਿਲਦਾ ਹੈ, ਕੋਈ ਨਾਂ ਨਹੀਂ ਕਿਸੇ ਦਾ ਲਿਖਿਆ ਹੋਇਆ, ਸ਼ਾਇਦ ਇਹਨਾਂ ਦਾ ਕੋਈ ਬਹੁਤ ਕਰੀਬੀ ਦੋਸਤ ਇਸ ਤਰ੍ਹਾਂ ਨਸ਼ੇ ਦੀ ਭੇਂਟ ਜਦੋਂ ਚੜ੍ਹਿਆ, ਫਿਰ ਇਹਨਾਂ ਨੂੰ ਸਾਰੀ ਸੁਸਾਇਟੀ ਦੇ ਵਿੱਚ ਵਾਪਰਦਾ ਵਰਤਾਰਾ ਨਜ਼ਰ ਆਉਣਾ ਸ਼ੁਰੂ ਹੋਇਆ, ਫਿਰ ਇਹਨਾਂ ਨੇ ਇਸ ਦੇ ਉੱਤੇ ਖੋਜ ਸ਼ੁਰੂ ਕੀਤੀ ਔਰ ਬੜੀ ਬਰੀਕੀ ਦੇ ਨਾਲ ਕੰਮ ਕੀਤਾ ਹੋਇਆ। ਡਾਕਟਰ ਸਾਹਿਬ, ਤੁਹਾਡੀ ਭਾਵੁਕਤਾ ਦਾ ਜਿਹੜਾ ਕਾਰਨ ਹੈ ਮੈਂ ਛੋਟਾ ਜਿਹਾ ਦਰਸ਼ਕਾਂ ਦੇ ਨਾਲ ਜੇ ਸਾਂਝਾ ਕਰੀ। ਚਲੋ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹਦੇ ਨਾਲ ਮੇਰੀ ਭਾਵੁਕਤਾ ਜਿਹੜੀ ਆ ਜੁੜੀ ਹੋਈ ਹੈ ਜੀ। ਮੇਰੇ ਬਹੁਤ ਕਰੀਬੀ ਦੋਸਤ, ਬਹੁਤ ਕਰੀਬੀ ਰਿਸ਼ਤੇਦਾਰ ਜੀ, ਮੈਂ ਦੇਖਿਆ ਕਿ ਉਹ ਨਸ਼ਿਆਂ ਦੀ ਲਪੇਟ ਵਿੱਚ ਆ ਗਏ ਔਰ ਆਪਣੀ ਜਾਨ ਜਿਹੜੀ ਆ ਉਹ ਗਵਾ ਬੈਠੇ ਜੀ। ਉਸ ਟਾਈਮ ਮੈਨੂੰ ਇੰਜ ਲੱਗਾ ਜਿਵੇਂ ਇਹ ਕੋਈ ਇਹਨਾਂ ਦੀ ਗਲਤੀ ਸੀ, ਇਹਨਾਂ ਨੇ ਇਸ ਪਾਸੇ ਨਹੀਂ ਜਾਣਾ ਚਾਹੀਦਾ ਸੀ ਤੇ ਨਸ਼ਿਆਂ ਵੱਲ ਨਹੀਂ ਜਾਣਾ ਚਾਹੀਦਾ ਸੀ, ਇਹ ਬਚ ਜਾਂਦੇ। ਪਰ ਜਦੋਂ ਮੈਂ ਇਸ ਸਮੱਸਿਆ ਨੂੰ ਭਾਵਕ ਹੋ ਕੇ ਥੋੜ੍ਹਾ ਗੰਭੀਰਤਾ ਨਾਲ ਸਟੱਡੀ ਕੀਤਾ ਤੇ ਮੈਨੂੰ ਲੱਗਿਆ ਕਿ ਇਕੱਲੇ ਉਹ ਹੀ ਦੋਸ਼ੀ ਨਹੀਂ ਸਨ, ਲੇਕਿਨ ਮੈਂ ਆਪਣੇ ਅੰਦਰੋਂ, ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਮਤਲਬ ਇੱਕ ਤਰ੍ਹਾਂ ਨਾਲ ਧੱਕਾ ਲੱਗਾ। ਮੈਂ ਮਤਲਬ ਕਿਉਂਕਿ ਮੈਂ ਵੀ ਕਿਸੇ ਦਾ ਨਾਂ ਨਹੀਂ ਲਿਖਣਾ, ਨਾਂ ਨਹੀਂ ਲੈਣਾ ਚਾਹੁੰਦਾ, ਇਸ ਕਰਕੇ ਮੈਂ, ਪਰ ਹਰੇਕ ਕਹਾਣੀ ਨੂੰ ਮੈਂ ਵੱਖਰੇ ਵੱਖਰੇ ਤੌਰ 'ਤੇ ਉਹਨਾਂ ਦੀ ਖੋਜ ਕੀਤੀ ਹੈ ਔਰ ਉਹ ਖੋਜ ਕਰਨ ਤੋਂ ਬਾਅਦ ਮੈਨੂੰ ਮੇਰੇ ਮਨ ਵਿੱਚ ਇਹ ਆਇਆ ਕਿ ਇਸ ਵਿਸ਼ੇ ਦੇ ਉੱਤੇ ਮਤਲਬ ਦ੍ਰਿੜਤਾ ਨਾਲ ਜਿਹੜਾ ਆ ਉਹ ਸਟੱਡੀ ਕਰਨਾ ਚਾਹੀਦਾ ਔਰ ਇਸ ਵਿਸ਼ੇ ਨੂੰ ਸੁਸਾਇਟੀ ਦੇ ਵਿੱਚ ਜਾ ਕੇ ਲੈ ਕੇ ਜਾਣਾ ਚਾਹੀਦਾ। ਡਾਕਟਰ ਸਾਹਿਬ ਸਿੱਧਾ ਜ਼ਿੰਦਗੀ ਦੇ ਵਿੱਚ ਪਹਿਲਾਂ ਉਤਰੇ ਨੇ ਕਿ ਨਸ਼ੇ ਦਾ ਕੀ ਨਤੀਜਾ ਨਿਕਲਦਾ, ਨੇੜਿਓਂ ਲੈ ਕੇ ਫਿਰ ਇਹਨਾਂ ਨੇ ਦੂਰ ਪਾਸੇ ਨੂੰ ਜਾਣਾ ਸ਼ੁਰੂ ਕੀਤਾ ਕਿ ਅਸਲ 'ਚ ਘਰ ਘਰ ਦੇ ਵਿੱਚ ਕੀਤਾ, ਫਿਰ ਉਹ ਅੰਕੜਿਆਂ ਦੇ ਵਿੱਚ ਪਏ ਨੇ, ਫਿਰ ਉਹਨਾਂ ਨੂੰ ਇਹ ਜਾਣਨ ਦੀ ਚੇਸ਼ਟਾ ਹੋਈ ਕਿ ਅਸਲ ਦੇ ਵਿੱਚ ਇਹ ਬਿਮਾਰੀ ਦੀਆਂ ਜੜ੍ਹਾਂ ਕਿੱਥੇ ਨੇ ਅਤੇ ਨਸ਼ਾ ਕਿੱਥੋਂ ਆਉਂਦਾ ਹੈਗਾ। ਡਾਕਟਰ ਸਾਹਿਬ ਦੀ ਕਿਤਾਬ ਦੇ ਵਿੱਚੋਂ ਮੈਨੂੰ ਜਿਹੜੀ ਨਜ਼ਰ ਆਈ ਚੀਜ਼ ਉਹ ਇਹ ਆ, ਇਹਨਾਂ ਦਾ ਖਿਆਲ ਹੈ ਕਿ ਜੋ ਦੁਨੀਆ ਭਰ ਦੇ ਵਿੱਚ ਨਸ਼ਾ ਵਰਤਿਆ ਜਾਂਦਾ, ਖਾਧਾ ਜਾਂਦਾ ਜਾਂ ਦਵਾਈਆਂ ਦੇ ਵਿੱਚ ਯੂਜ਼ ਕੀਤਾ ਜਾਂਦਾ, ਉਹ 80%, 100 ਦੇ ਵਿੱਚੋਂ 80% ਉਹਦੀ ਪੈਦਾਵਾਰ ਸਾਡੇ ਦੇਸ਼ ਦੇ ਪੂਰਬ ਵੱਲ ਦੇ ਪਾਸੇ ਅਤੇ ਪੱਛਮ ਵੱਲ ਦੇ ਪਾਸੇ ਹੁੰਦੀ ਆ। ਜਾਣੀ ਪੂਰੀ ਦੁਨੀਆ ਨੂੰ ਨਸ਼ਾ ਇੱਥੋਂ ਸਪਲਾਈ ਹੁੰਦਾ ਆ। ਇੱਕ ਪਾਸੇ ਉਹਨਾਂ ਨੇ ਇਹ ਕਿਹਾ ਕਿ ਗੋਲਡਨ ਟ੍ਰੈਂਗਲ ਹੈ, ਦੂਸਰੇ ਪਾਸੇ ਉਹਨੂੰ ਗੋਲਡਨ ਕ੍ਰਿਸੈਂਟ ਦਾ ਨਾਂ ਦਿੱਤਾ ਇਹਨਾਂ ਨੇ। ਇਹਨਾਂ ਦੇ ਮੂੰਹੋਂ ਅਸੀਂ ਸੁਣਾਂਗੇ, ਜੇ ਇੱਥੋਂ ਸਪਲਾਈ ਜਾਂਦੀ ਹੈ ਤਾਂ ਫਿਰ ਸਾਡਾ ਦੇਸ਼ ਜਿਹੜਾ ਇੱਕ ਟ੍ਰਾਂਜ਼ਿਟ ਦੇ ਤੌਰ 'ਤੇ ਕਿਹਦੇ ਵਿੱਚੋਂ ਦੀ ਲੰਘ ਕੇ ਜਾਣਾ, ਇਹ ਗੱਲ ਇਹਨਾਂ ਨੇ ਵਿਆਖਿਆ ਦੇ ਵਿੱਚ ਇਹਦੇ ਜ਼ਿਕਰ ਕੀਤਾ ਹੋਇਆ। ਤੁਸੀਂ ਪਹਿਲਾਂ ਅਸੀਂ ਇਹ ਦੇਖੀਏ ਕਿ ਅਸੀਂ ਨਸ਼ਿਆਂ ਦੀ ਲਪੇਟ 'ਚ ਕਿੱਦਾਂ ਆ ਗਏ। ਦੇਖੋ ਚਾਲਾ ਜੀ, ਵੈਸੇ ਤਾਂ ਸਾਡੇ ਦੇਸ਼ ਵਿੱਚ ਅਫੀਮ ਜਾਂ ਤੰਬਾਕੂ ਬੜੀ ਦੇਰ ਤੋਂ ਵਰਤਿਆ ਜਾ ਰਿਹਾ ਜੀ, ਲੇਕਿਨ ਸਾਡੇ ਦੇਸ਼ ਦੇ ਦੋਨੇ ਪਾਸੇ, ਪੂਰਬੀ ਅਤੇ ਇੱਧਰ ਪੱਛਮੀ ਪਾਸੇ, ਦੋ ਖਿੱਤੇ ਇਹੋ ਜਿਹੇ ਨੇ ਜਿਹਨਾਂ ਨੂੰ ਇੱਕ ਗੋਲਡਨ ਟ੍ਰੈਂਗਲ ਔਰ ਗੋਲਡਨ ਕ੍ਰੀਸੈਂਟ ਦਾ ਨਾਂ ਦਿੱਤਾ ਗਿਆ ਜੀ। ਗੋਲਡਨ ਟ੍ਰੈਂਗਲ ਦੇ ਵਿੱਚ ਸਾਡੇ ਗੁਆਂਢੀ ਦੇਸ਼ ਆਉਂਦੇ ਨੇ, ਅਫਗਾਨਿਸਤਾਨ, ਪਾਕਿਸਤਾਨ ਅਤੇ ਇਰਾਨ, ਅਤੇ ਇੱਧਰ ਜਿਹੜੇ ਨੇ ਉਹ ਦੂਸਰੇ ਦੇਸ਼ ਆਉਂਦੇ ਨੇ, ਬਰਮਾ, ਥਾਈਲੈਂਡ ਅਤੇ ਲਾਓਸ। ਇਹਨਾਂ ਖਿੱਤਿਆਂ ਦੇ ਵਿੱਚ ਜਿਹੜੀ ਓਪੀਅਮ ਹੈ ਉਹਦੀ ਕਾਸ਼ਤ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਉੱਥੇ ਦੀ ਧਰਤੀ ਜਿਹੜੀ ਹੈ ਸ਼ਾਇਦ ਇਸ ਫਸਲ ਲਈ ਬਹੁਤ ਜ਼ਰਖੇਜ਼ ਹੈ ਔਰ ਓਪੀਅਮ ਤੋਂ ਅੱਗੇ ਫਿਰ ਵੱਖਰੀਆਂ ਹੋਰ ਜਿਹੜੇ ਨਸ਼ੇ ਆ ਉਹ ਪੈਦਾ ਕੀਤੇ ਜਾਂਦੇ ਆ। ਇਸ ਵੇਲੇ ਅਫਗਾਨਿਸਤਾਨ, ਪਾਕਿਸਤਾਨ ਇਹ ਇਹੋ ਜਿਹੇ ਮੁਲਕ ਨੇ ਜਿਨ੍ਹਾਂ ਦੀ ਆਰਥਿਕਤਾ ਜਿਹੜੀ ਹੈ ਕਾਫ਼ੀ ਨਿਰਭਰ ਕਰਦੀ ਹੈ। ਅੱਛਾ ਡਾਕਟਰ ਸਾਹਿਬ, ਇਹ ਦੋ
ਖਿੱਤੇ ਜਿਹਦੇ ਵਿੱਚ ਅਸੀਂ ਹਾਂ ਹਿੰਦੁਸਤਾਨ, ਪੰਜਾਬ ਵਿਸ਼ੇਸ਼ ਤੌਰ 'ਤੇ ਆ ਗਿਆ ਕਿਉਂਕਿ ਬੜਾ ਨੇੜੇ ਚਲਾ ਗਿਆ ਉਹਦੇ ਪਾਸੇ, ਇਹ ਅਸੀਂ ਇਹਦੀ ਕਿਸ ਤਰ੍ਹਾਂ ਲਪੇਟ 'ਚ ਆ ਗਏ? ਦੇਖੋ ਇਹ ਇਹਦੇ ਕਈ ਕਾਰਨ ਹੈ ਵੈਸੇ ਤਾਂ, ਪਰ ਸਭ ਤੋਂ ਜਿਹੜਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਕਿ ਸਾਡਾ ਪਾਕਿਸਤਾਨ ਦੇ ਨਾਲ ਬਹੁਤ ਲੰਬਾ 500-550 ਕਿਲੋਮੀਟਰ ਲੰਬਾ ਬਾਰਡਰ ਹੈ, ਜਿਹੜਾ ਕਿ ਕੋਈ ਚੰਗੀ ਤਰ੍ਹਾਂ ਨਾਲ ਸੀਲਡ ਬਾਰਡਰ ਨਹੀਂ ਕਹਿ ਸਕਦੇ, ਇੱਕ ਤਰ੍ਹਾਂ ਨਾਲ ਉਹ ਆਮ ਲਾਂਘੇ ਵਾਲਾ ਬਾਰਡਰ ਹੈ। ਇਹ ਉੱਥੋਂ ਸਮਗਲ ਹੋ ਕੇ ਪਹਿਲਾਂ ਪੰਜਾਬ ਵਿੱਚ ਦਾਖਲ ਹੁੰਦੀ, ਪੰਜਾਬ 'ਚੋਂ ਦਾਖਲ ਹੋ ਕੇ ਫਿਰ ਇਹ ਦੇਸ਼ ਦੇ ਬਾਕੀ ਸ਼ਹਿਰਾਂ ਵਿੱਚ ਜਾਂਦੀ ਹੈ। ਸਾਡਾ ਪੰਜਾਬ ਕੁਛ ਸਮਾਂ ਪਹਿਲਾਂ ਇੱਕ ਜਿਵੇਂ ਤੁਸੀਂ ਕਹਿ ਲਓ ਲਾਂਘੇ ਦੇ ਤੌਰ 'ਤੇ ਕੰਮ ਕਰਦਾ ਸੀ, ਇੱਥੇ ਸਮਗਲਿੰਗ ਹੁੰਦੀ ਸੀ ਸਮਗਲਰ ਇੱਥੋਂ, ਲੇਕਿਨ ਹੋਇਆ ਕੀ ਕਿ ਸਾਡੇ ਇਸ ਲਾਂਘੇ ਤੋਂ ਗਾਂਹ ਡਿਵੈਲਪ ਕਰ ਗਿਆ ਸੂਬਾ, ਅਤੇ ਸਾਡੇ ਨੌਜਵਾਨਾਂ ਨੇ ਦੇਖਿਆ ਕਿ ਇਹ ਇੱਕ ਵਧੀਆ ਨਸ਼ਾ ਹੈ, ਭਾਵੇਂ ਕਿ ਬਹੁਤ ਮਹਿੰਗਾ ਆ, ਔਰ ਇਹਨੂੰ ਆਪ ਹੀ ਉਹਦੇ ਵਿੱਚ ਇਹ ਫਸ ਗਿਆ। ਜਾਂ ਇਹ ਕਹਿ ਲਓ ਕਿ ਜਿਹੜੇ ਉਹਦੀ ਸਮਗਲਿੰਗ ਕਰਦੇ ਸੀ, ਉਹਦਾ ਕਾਰੋਬਾਰ ਕਰਦੇ ਸੀ, ਉਹਨਾਂ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਇਹਦੇ ਪਾਸੇ ਇਸ ਪਾਸੇ ਲਾ ਲਿਆ। ਆਖਿਰਕਾਰ ਇੱਕ ਲੱਤ ਲੱਗੀ ਹੋਈ ਹੁੰਦੀ ਹੈ ਬੱਚੇ ਨੂੰ, ਤਾਂ ਹੀ ਉਹ ਨਸ਼ਾ ਟੇਸਟ ਕਰਨ ਵੱਲ ਨੂੰ ਵੱਧਦਾ। ਜੇ ਉਹਨੂੰ ਨਹੀਂ ਹੋਏਗਾ ਮਨ 'ਚ, ਉਹ ਦਵਾਈਆਂ ਵੀ ਤਾਂ ਉਠਾ ਸਾਰੀ ਦਵਾਈ ਖਾ ਤਾਂ ਨਹੀਂ ਲੈਂਦਾ ਉਹਦਾ, ਜੇ ਉਹ ਇਸ ਨੂੰ ਨਸ਼ੇ ਨੂੰ ਇੱਕ ਵਪਾਰਕ ਵਸਤੂ ਦੇ ਤੌਰ 'ਤੇ ਪਹੁੰਚਾ ਰਿਹਾ, ਉਹਦੇ ਮਨ 'ਚ ਕਿੱਦਾਂ ਆਉਂਦੀ ਹੈ ਕਿ ਵੀ ਮੈਂ ਇਹਨੂੰ ਟੇਸਟ ਕਰਕੇ ਦੇਖਾਂ, ਜੇ ਉਹ ਟੇਸਟ ਕੀਤਾ ਤਾਂ ਫਸ ਗਿਆ। ਸੋ ਇਸ ਕਰਕੇ ਇਹ ਜਿਹੜਾ ਇੱਕ ਟੈਂਡੈਂਸੀ ਆ, ਇਹ ਕਿੱਥੋਂ ਸ਼ੁਰੂ ਹੋ ਜਾਂਦੀ ਹੈ? ਚੰਨਾ ਜੀ, ਮੈਂ ਬੇਸਿਕਲੀ ਇਹ ਸਮਝਦਾ ਕਿ ਸਾਡੇ ਸਮਾਜ ਦੇ ਵਿੱਚ ਦੋ ਪ੍ਰਵਾਨਿਤ ਨਸ਼ੇ ਇਹੋ ਜਿਹੇ ਨੇ ਜਿਹੜੇ ਕਿ ਆਮ ਜਨਤਾ ਜਿਹੜੀ ਹੈ ਉਹਨਾਂ ਨੂੰ ਇਸਤੇਮਾਲ ਕਰਦੀ ਹੈ, ਜਿਹਨਾਂ ਵਿੱਚ ਸ਼ਰਾਬ ਅਤੇ ਤੰਬਾਕੂ ਆਉਂਦਾ। ਸ਼ਰਾਬ ਦੀ ਆਪਣੇ ਸੂਬੇ ਦੀ ਪਾਲਿਸੀ ਜਿਹੜੀ ਆ ਤੁਸੀਂ ਦੇਖ ਲਓ, ਉਹਨਾਂ ਉਹਦੀ ਪਾਲਿਸੀ ਦਾ ਉਹਨਾਂ ਮਤਲਬ ਇਹ ਹੈ ਕਿ ਵੱਧ ਤੋਂ ਵੱਧ ਪੈਸਾ ਜਿਹੜਾ ਆ ਉਹਦੇ ਤੋਂ ਕਮਾਇਆ, ਰੈਵਨਿਊ ਇਕੱਠਾ ਕੀਤਾ। ਔਰ ਤੰਬਾਕੂ ਜਿਹੜਾ ਆ ਇਹਨੂੰ ਗਰੀਬ ਲੋਕ ਜਿਹੜੇ ਆ, ਆਮ ਜਿਵੇਂ ਰਿਕਸ਼ਾ ਚਾਲਕ ਆ ਜਾਂ ਬੀੜੀਆਂ ਪੀਣ ਵਾਲੇ ਮਜ਼ਦੂਰ ਹੈ, ਇਹ ਤੰਬਾਕੂ ਨੂੰ ਵਰਤਦੇ ਆ। ਔਰ ਮੇਰੇ ਹਿਸਾਬ ਨਾਲ ਇਹ ਜਿਹੜੇ ਦੋਨੇ ਨਸ਼ੇ ਆ, ਸ਼ਰਾਬ ਔਰ ਤੰਬਾਕੂ, ਇਹ ਇੱਕ ਤਰ੍ਹਾਂ ਨਾਲ ਪ੍ਰਵੇਸ਼ ਦੁਆਰ ਐਂਟਰੀ ਪੁਆਇੰਟ ਹੈ ਦੂਸਰੇ ਨਸ਼ਿਆਂ ਦੇ। ਔਰ ਮੈਨੂੰ ਇਸ ਗੱਲ ਇਹ ਕਹਿਣ ਵਿੱਚ ਕੋਈ ਹਿਚਕਚਾਹਟ ਨਹੀਂ ਹੈ ਕਿ ਜੇ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨਾ ਹੈ ਤੇ ਇਹ ਦੋਨਾਂ ਚੀਜ਼ਾਂ ਦੇ ਉੱਤੇ ਵੀ ਕੰਟਰੋਲ ਕਰਨਾ ਪਏਗਾ। ਡਾਕਟਰ ਸਾਹਿਬ ਨੇ ਬਹੁਤ ਹੀ ਸੰਜੀਦਾ ਨੁਕਤੇ ਵੱਲ ਸਾਡਾ ਧਿਆਨ ਦਵਾਇਆ। ਉਹ ਇਹ ਕਹਿੰਦੇ ਨੇ ਕਿ ਨਸ਼ਿਆਂ ਦੀ ਲੱਤ ਦਾ ਜਿਸ ਤਰ੍ਹਾਂ ਉਹਨਾਂ ਨੇ ਐਕਸਪੀਰੀਅੰਸ ਕਰਨ, ਕਿ ਅਗਰ ਸ਼ਰਾਬ ਅਤੇ ਤੰਬਾਕੂ 'ਤੇ ਕੋਈ ਪਾਬੰਦੀ ਨਹੀਂ, ਅਗਰ ਇਹਦਾ ਸੇਵਨ ਜਾਰੀ ਹੈ, ਤਾਂ ਫਿਰ ਇਹ ਦੂਜੇ ਨਸ਼ਿਆਂ ਵੱਲ ਜਾਣ ਦਾ ਪ੍ਰਵੇਸ਼ ਦੁਆਰ ਹੈ, ਇੱਥੋਂ ਦੀ ਹੀ ਸਾਰੇ ਜਾਂਦੇ। ਤੁਹਾਡਾ ਮਤਲਬ ਕਹਿਣ ਤੋਂ ਇਹ ਕਿ ਜਿਹੜੇ ਇਸ ਪਾਸੇ ਨੂੰ ਗਏ ਉਹ ਸ਼ਰਾਬ ਅਤੇ ਤੰਬਾਕੂ ਜ਼ਰੂਰ ਕਰਦੇ ਹੋਣਗੇ ਪਹਿਲਾਂ ਵੀ, ਚਾਹੇ ਟਾਈਮ ਟੂ ਟਾਈਮ ਅਤੇ ਚਾਹੇ ਰੈਗੂਲਰ। ਬਿਲਕੁਲ। ਸੋ ਸ਼ਰਾਬ ਅਤੇ ਤੰਬਾਕੂ ਪ੍ਰਵੇਸ਼ ਦੁਆਰ ਹੈ, ਇਹ ਡਾਕਟਰ ਸਾਹਿਬ ਦਾ ਕਹਿਣਾ। ਅੱਗੇ ਚਲੋ ਡਾਕਟਰ ਸਾਹਿਬ, ਔਰ ਇਸ ਤੋਂ ਬਾਅਦ ਫਿਰ ਜਿਹੜੇ ਇਹ ਨਸ਼ਿਆਂ ਦਾ ਕਾਰੋਬਾਰ ਕਰਦੇ ਨੇ, ਸਮਗਲਿੰਗ ਕਰਦੇ ਨੇ, ਉਹ ਆਪਣੇ ਗਾਹਕ ਪੈਦਾ ਕਰਦੇ ਨੇ ਤਾਂ ਕਿ ਜੋ ਉਹਨਾਂ ਕੋਲ ਚੀਜ਼ ਹੈ, ਨਸ਼ਾ ਹੈ, ਉਸਨੂੰ ਉਹਦੀ ਖਪਤ ਜਿਹੜੀ ਆ ਉਹ ਵਧਾਈ ਜਾ ਸਕੇ। ਉਹਦੀ ਖਪਤ ਵਧਾਉਣ ਲਈ ਉਹ ਨਵੇਂ ਨਵੇਂ ਆਪਣੇ ਗਾਹਕ ਪੈਦਾ ਕਰਦੇ ਨੇ, ਉਹਨਾਂ ਨੂੰ ਲਾਲਚ ਦਿੰਦੇ ਨੇ ਜੀ, ਉਹਨਾਂ ਨੂੰ ਲਾਲਚ ਦਿੰਦੇ ਨੇ ਕਿ ਤੁਸੀਂ ਅੱਗੋਂ 10 ਗਾਹਕ ਬਣਾਓ, ਤੁਹਾਨੂੰ ਅੱਜ ਦਾ ਨਸ਼ਾ ਜਿਹੜਾ ਮੁਫ਼ਤ ਮਿਲ ਜਾਏਗਾ। ਇਹ ਵੀ ਇੱਕ ਆਸਪੈਕਟ ਹੈ। ਉਹ ਹੋਰ ਵੀ ਗੰਭੀਰ ਆਸਪੈਕਟ ਇਹ ਹੈ ਕਿ ਜਿਹੜਾ ਸਾਡੇ ਸਮਾਜ ਦੇ ਵਿੱਚ ਇੱਕ ਮਤਲਬ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਪੀਅਰ ਪ੍ਰੈਸ਼ਰ ਕਹਿੰਦੇ ਹੋ ਤੁਸੀਂ, ਆਪਣੇ ਦੋਸਤਾਂ ਦਾ ਦਬਾਅ, ਤੁਹਾਡੀ ਸੰਗਤ ਹੈ ਜਿਹੜੀ, ਬਹਿਣੀ ਉੱਠਣੀ ਹੈ ਜਿਹੜੀ, ਉਹਦੇ ਵਿੱਚ ਅਗਰ ਕੋਈ ਤੁਹਾਡਾ ਦੋਸਤ ਇਹੋ ਜਿਹਾ ਹੈਗਾ ਜਿਹੜਾ ਕਿ ਨਸ਼ਾ ਕਰ ਰਿਹਾ, ਉਹ ਜ਼ਰੂਰੀ ਹੈ ਕਿ ਉਹ ਤੁਹਾਨੂੰ ਪ੍ਰਭਾਵਿਤ ਕਰੇਗਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਲੜਕੀਆਂ ਆ ਉਹ ਵੀ ਇਸ ਪੀਅਰ ਪ੍ਰੈਸ਼ਰ ਦੇ ਹੇਠਾਂ ਆ ਰਹੀਆਂ ਔਰ ਨਸ਼ਿਆਂ ਦਾ ਜਿਹੜਾ ਸੇਵਨ ਹੈ ਉਹ ਕਰ ਰਹੀਆਂ, ਸ਼ੁਰੂ ਕਰ ਰਹੀਆਂ।
ਸੋ ਇਹ ਇੱਕ ਐਸਪੈਕਟ ਹੈ ਜਿਸ ਤਰ੍ਹਾਂ ਕਿ ਸਾਡੇ ਬਜ਼ੁਰਗ ਸਾਨੂੰ ਹੁਣ ਤੱਕ ਸਮਝਾਉਂਦੇ ਆ ਰਹੇ ਆ ਕਿ ਬੰਦਾ ਜਿਹੜਾ ਉਹ ਆਪਣੀ ਕਿਨ੍ਹਾਂ 'ਚ ਬੈਠਦਾ ਉੱਠਦਾ ਉੱਥੋਂ ਦੀ ਪਹਿਚਾਣ ਹੁੰਦੀ ਹੈ, ਸੰਗਤ ਦੀ ਹੀ ਸੋਭਤ ਹੁੰਦੀ ਹੈ। ਚੰਗੀ ਸੰਗਤ 'ਚ ਬੈਠਦਾ ਹੈ ਅਤੇ ਚੰਗਾ ਬੰਦਾ ਬਣੇਗਾ। ਜਿਸ ਤਰ੍ਹਾਂ ਦੇ ਉਹਦੇ ਦੋਸਤ ਹੋਣਗੇ, ਖਿਡਾਰੀ ਹੋਣਗੇ ਤਾਂ ਅੱਛਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰੇਗਾ, ਸਾਇੰਸਦਾਨ ਹੋਣਗੇ ਤਾਂ ਸਾਇੰਸਦਾਨ ਬਣਨ ਦੀ ਕੋਸ਼ਿਸ਼ ਕਰੇਗਾ, ਨਸ਼ੇੜੀ ਹੋਣਗੇ ਤਾਂ ਨਸ਼ੇੜੀ। ਔਰ ਖਤਰਨਾਕ ਗੱਲ ਇਹ ਦੱਸ ਰਹੇ ਨੇ ਕਿ ਹੁਣ ਲੜਕੀਆਂ ਵਿੱਚ ਵੀ ਇਹ ਰੁਚੀ ਬਲਵਾਨ ਹੁੰਦੀ ਜਾ ਰਹੀ। ਠੀਕ ਹੈ ਡਾਕਟਰ, ਸੋ ਅਸੀਂ ਇਸ ਤਰ੍ਹਾਂ ਇਹ ਕਹਿੰਦੇ ਨੇ ਕਿ ਇੱਕ ਮਜਬੂਰੀ ਹੈ, ਦੂਸਰੇ ਨੂੰ ਲਾਉਣ ਦੀ ਮਜਬੂਰੀ ਕੀ ਆ ਕਿ ਮੇਰਾ ਨਸ਼ਾ ਤਾਂ ਪੂਰਾ ਹੋਣਾ ਜੇ ਮੈਂ ਦਸਾਂ ਹੋਰਾਂ ਨੂੰ ਲਾਉਂ। ਸੋ ਇਸ ਤਰ੍ਹਾਂ ਇੱਕ ਸਰਕਲ ਪੈਦਾ ਹੋ ਰਿਹਾ ਜਿਹੜਾ ਇਹਦੇ ਵਪਾਰ ਤੋਂ ਵੀ ਇੱਕ ਅਲੱਗ ਵੱਖਰੀ ਚੀਜ਼ ਹੈਗੀ। ਸੋ ਇਸ ਕਰਕੇ ਡਾਕਟਰ ਸਾਹਿਬ ਨੇ, ਡਾਕਟਰ ਹੁਣ ਅਸੀਂ ਇਸ ਪਾਸੇ ਵੱਲ ਨੂੰ ਜਾਈਏ ਕਿ ਅਸੀਂ ਇਹਨਾਂ ਤੋਂ ਬਚਣਾ ਵੀ ਹੈ ਕਿ ਇਹ ਸਰਕਾਰਾਂ ਦੇ ਇਕੱਲਿਆਂ ਦੇ ਵੱਸ ਦਾ ਰੋਗ ਨਹੀਂ ਹੈ। ਸਾਰਾ ਸਮਾਜ, ਸਮਾਜ ਦੇ ਜਿੰਨੀਆਂ ਐਨ ਜੀ ਓਜ਼ ਕੰਮ ਕਰਦੀਆਂ, ਜਿੰਨੇ ਧਾਰਮਿਕ ਮੁਖੀ ਨੇ, ਧਾਰਮਿਕ ਸੈਕਟ ਨੇ, ਉਹ ਸਾਰੇ ਰਲ ਕੇ ਸਾਂਝੇ ਤੌਰ 'ਤੇ ਇਹਦੇ ਇਸ ਨੂੰ ਹਟਾਉਣ ਦੇ ਲਈ ਕੋਸ਼ਿਸ਼ਾਂ ਕਰਨ ਅਤੇ ਤਾਂ ਮਤਲਬ ਕੀ ਕੀਤਾ ਜਾ ਸਕਦਾ, ਕਿੱਥੋਂ ਸ਼ੁਰੂ ਕੀਤਾ ਜਾਵੇ ਕਿ ਨਸ਼ਾ ਸ਼ੁਰੂ ਨਾ ਹੋਵੇ। ਸ਼ੁਰੂ ਹੋ ਗਿਆ ਤਾਂ ਫਿਰ ਕੀ ਕਰਨਾ ਉਹਦੇ 'ਚ, ਅਸੀਂ ਬਾਅਦ 'ਚ ਆਵਾਂਗੇ ਕਿ ਨਸ਼ੇ 'ਤੇ ਲੱਗੇ ਹੀ ਨਾ ਬੱਚਾ, ਉਹਦੇ ਲਈ ਕੀ ਕਰਨ ਦੀ ਜ਼ਰੂਰਤ ਹੈਗਾ, ਮਾਂ ਪਿਓ ਨੇ, ਸੁਸਾਇਟੀ ਨੂੰ, ਟੀਚਰਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ? ਚਲੋ ਜੀ, ਤੁਸੀਂ ਬਹੁਤ ਅਹਿਮ ਜਿਹੜਾ ਸਵਾਲ ਇਹ ਉਠਾਇਆ ਹੈ। ਇਹ ਆਪਾਂ ਮਤਲਬ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਥੋੜ੍ਹਾ ਵਿਚਾਰੀਏ, ਆਪਣੇ ਆਪ ਨੂੰ ਘੋਖੀਏ। ਇਹ ਵੇਖਣ 'ਚ ਆਇਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਨਸ਼ਿਆਂ ਦਾ ਸੇਵਨ ਹੁੰਦਾ ਹੈ, ਜਿਹੜੇ ਆਮ ਨਸ਼ੇ ਜਿਹੜੇ ਮੈਂ ਪਹਿਲਾਂ ਕਹਿ ਸ਼ਰਾਬ ਔਰ ਤੰਬਾਕੂ, ਉਹਨਾਂ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਨਸ਼ੇ ਵਰਤਣ ਦੀ ਜਿਹੜੀ ਮਤਲਬ ਆਦਤ ਹੈ ਉਹ 8 ਗੁਣਾ ਵੱਧ ਹੁੰਦੀ ਹੈ ਦੂਸਰੇ ਪਰਿਵਾਰਾਂ। ਦੁਬਾਰਾ ਦੱਸੋ, ਜਿਹੜਾ ਕੋਈ ਪਰਿਵਾਰ ਦੇ ਵਿੱਚ ਮੈਂਬਰ ਜਿਹੜਾ ਆ, ਪਰਿਵਾਰ ਦਾ ਹੈੱਡ ਕਹਿ ਲਓ, ਉਹ ਨਸ਼ੇ ਵਰਤ ਰਿਹਾ, ਉਹ ਨਸ਼ੇ ਵਰਤ ਰਿਹਾ, ਅਸੀਂ ਇਸ ਗੱਲ ਨੂੰ ਸਟ੍ਰੈਸ ਕਰਨਾ ਚਾਹੁੰਦੇ, ਆਪਣੇ ਬੱਚਿਆਂ ਦੇ ਸਾਹਮਣੇ ਉਹ ਨਸ਼ੇ ਵਰਤ ਰਿਹਾ ਜੀ, ਉਹਨਾਂ ਬੱਚਿਆਂ ਦੇ ਵਿੱਚ ਨਸ਼ਿਆਂ ਦੀ ਆਦਤ ਪੈਦਾ ਹੋਣ ਦੇ 8% ਚਾਂਸ ਵੱਧ ਜਾਂਦੇ ਨੇ, 8 ਗੁਣਾ ਚਾਂਸ ਵੱਧ ਜਾਂਦੇ ਨੇ ਬਾਕੀ ਪਰਿਵਾਰਾਂ ਨਾਲੋਂ। ਔਰ ਇਸ ਤੋਂ ਬਾਅਦ ਇਹ ਹੈ ਕਿ ਅਸੀਂ ਬੱਚਿਆਂ ਪ੍ਰਤੀ ਸੰਜੀਦਗੀ ਨਹੀਂ ਵਰਤਦੇ, ਉਹਨਾਂ ਨੂੰ ਅਸੀਂ ਪੂਰਾ ਮਤਲਬ ਜਿਹੜੇ ਉਹਨਾਂ ਦੇ ਮਾਪੇ ਆ ਪੂਰਾ ਟਾਈਮ ਨਹੀਂ ਦਿੰਦੇ। ਚਾਹੁੰਦਾ ਜੀ ਮੈਂ ਤੁਹਾਨੂੰ ਇਹ ਦੱਸਾਂ ਕਿ ਬੱਚਾ ਜਿਹੜਾ ਜਦੋਂ ਗਰਭ ਦੇ ਵਿੱਚ ਆਉਂਦਾ ਹੈ ਅਤੇ ਤਕਰੀਬਨ ਤੁਸੀਂ ਕਹਿ ਲਓ ਕਿ ਜਦੋਂ ਉਹ 4 ਮਹੀਨਿਆਂ ਦਾ ਹੋ ਜਾਂਦਾ ਗਰਭ ਦੇ ਵਿੱਚ ਹੀ, ਉਸ ਸਮੇਂ ਤੋਂ ਹੀ ਉਹ ਆਪਣੇ ਆਲੇ ਦੁਆਲੇ ਤੋਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ, ਉਸਦੀ ਮਾਂ ਕਿਹਨਾਂ ਹਾਲਾਤਾਂ ਵਿੱਚ ਰਹਿ ਰਹੀ ਹੈ, ਉਸ ਉਹਦੇ ਉਹ ਕੀ ਖੁਰਾਕ ਲੈ ਰਹੀ ਹੈ ਜੀ, ਉਹਦੇ ਉੱਤੇ ਕਿਹੜੀਆਂ ਘਟਨਾਵਾਂ ਜਿਹੜੀਆਂ ਉਹਨਾਂ ਦਾ ਜਿਹਨਾਂ ਦਾ ਅਸਰ ਹੋ ਰਿਹਾ ਹੈ, ਪਰਿਵਾਰਕ ਮਾਹੌਲ ਕੀ ਹੈ, ਉਹਨੂੰ ਉਹ ਜ਼ਿਆਦਾ ਟੈਨਸ਼ਨ 'ਚ ਤਾਂ ਨਹੀਂ ਰਹਿੰਦੀ, ਉਹ ਆਪ ਤਾਂ ਨਹੀਂ ਕੋਈ ਨਸ਼ਾ ਕਰਦੀ ਜੀ। ਅੱਜ ਕੱਲ੍ਹ ਮਤਲਬ ਇਹ ਵੀ ਬਹੁਤ ਪੱਛਮੀ ਦੇਸ਼ਾਂ ਵਿੱਚ ਬਹੁਤ ਰਿਵਾਜ਼ ਹੈ ਕਿ ਜਿਹੜੀਆਂ ਗਰਭਵਤੀ ਔਰਤਾਂ ਉਹ ਆਪ ਨਸ਼ੇ ਕਰਦੀਆਂ ਔਰ ਉਹਨਾਂ ਦੇ ਅੱਗੋਂ ਬੱਚੇ ਜਿਹੜੇ ਨੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਅਸਰ ਪੈਂਦਾ। ਬੱਚਾ ਮਤਲਬ ਅਸੀਂ ਇਹ ਸੋਚਦੇ ਹਾਂ ਬੱਚਾ ਪੈਦਾ ਹੋ ਗਿਆ, ਪੈਦਾ ਹੋਣ ਤੋਂ ਬਾਅਦ 1-2-3 ਇਹਨੂੰ ਕੁਛ ਨਹੀਂ ਪਤਾ, ਲੇਕਿਨ ਅਸੀਂ ਮਤਲਬ ਜਿਹੜੀ ਖੋਜ ਕੀਤੀ ਉਹ ਤੋਂ ਇਹ ਹੈ ਕਿ ਜਦੋਂ ਬੱਚਾ 4 ਮਹੀਨਿਆਂ ਦਾ ਹੀ ਹੋ ਜਾਂਦਾ ਗਰਭ ਦੇ ਵਿੱਚ ਹੀ, ਉਸ ਟਾਈਮ ਤੋਂ ਹੀ ਉਹ ਹਰੇਕ ਚੀਜ਼ ਜਿਹੜੀ ਆ ਉਹਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਜੀ। ਔਰ ਮੈਂ ਇਹ ਗੱਲ ਬੜੇ ਮਤਲਬ ਠੋਕ ਕੇ ਕਹਾਂਗਾ ਕਿ ਅਗਰ ਕਹਿੰਦੇ ਨਾ ਜਨਨੀ ਜਨੇ ਤਾਂ ਭਗਤ ਜਾਣ, ਅਸੀਂ ਸਮਝਦੇ ਹਾਂ ਬੱਚਾ ਜਿਹੜਾ ਇਹ ਬੱਚਾ ਇਹਨੂੰ, ਲੇਕਿਨ ਬੱਚਾ 3-4 ਸਾਲ ਦੀ ਉਮਰ ਤੱਕ ਬਹੁਤ ਕੁਝ ਜਿਹੜਾ ਉਹ ਸਿੱਖ ਜਾਂਦਾ, ਜੋ ਉਹਦੇ ਮਨ ਵਿੱਚ ਇਸ ਸਮੇਂ ਦੌਰਾਨ ਲਿਖਿਆ ਜਾਏਗਾ ਉਹ ਤਕਰੀਬਨ ਪੱਕਾ ਹੋ ਜਾਂਦਾ। ਬੱਚੇ ਦਾ ਮਨ ਜਿਹੜਾ ਬਿਲਕੁਲ ਕੋਰਾ ਹੁੰਦਾ, ਲੇਕਿਨ ਉਹਨੂੰ ਡਿਵੈਲਪ ਕਰਦਿਆਂ 3-4 ਸਾਲ ਹੀ ਲੱਗਦੇ ਆ, ਉਸ ਤੋਂ ਬਾਅਦ ਅਤੇ ਉਹਨੇ ਫਿਰ ਜਿਹੜੀਆਂ ਗੱਲਾਂ ਸਿੱਖ ਲਈਆਂ ਤਕਰੀਬਨ ਉਹ ਕੈਰੀ ਕਰੇਗਾ। ਇਹ ਮਤਲਬ ਬਹੁਤ ਜ਼ਰੂਰੀ ਜਿਹੜੀ ਗੱਲ ਹੈਗੀ ਆ, ਇਹ ਨੁਕਤਾ ਨੋਟ ਕਰਨ ਵਾਲੀ ਗੱਲ ਹੈ।
ਸੋ ਮਾਂ ਦੀ ਬੇਸਿਕ ਭੂਮਿਕਾ ਨੂੰ ਮੰਨ ਕੇ ਚੱਲਦੇ ਨੇ ਇਹ ਕਿ ਅਗਰ ਬੱਚੇ ਦੀ ਮਾਨਸਿਕ ਸਥਿਤੀ ਠੀਕ ਰੱਖੀ ਜਾਂਦੀ ਹੈ ਗਰਭ ਦੇ ਸਮੇਂ ਤੋਂ ਹੀ ਤਾਂ ਉਹ ਦਾ ਗਲਤ ਪਾਸੇ ਜਾਣਾ ਜਾਂ ਠੀਕ ਪਾਸੇ ਜਾਣਾ ਉਹਦੇ 'ਤੇ ਨਿਰਭਰ ਕਰੇਗਾ ਕਿਉਂਕਿ ਇਸ ਤਰ੍ਹਾਂ ਸ਼ੁਰੂ ਤੋਂ ਹੀ ਮਾਂ ਨੇ ਸੋ ਇਸ ਕਰਕੇ ਮਾਂ ਦੀ ਬੇਸਿਕ ਭੂਮਿਕਾ ਹੈ ਦੂਜੇ ਬਾਅਦ 'ਚ ਆਉਂਦਾ ਹੈਗਾ ਕਿ ਪਰਿਵਾਰ ਅਤੇ ਫਿਰ ਸੁਸਾਇਟੀ ਅਤੇ ਸਾਡੀ ਸੁਸਾਇਟੀ ਦਾ ਕੀ ਰੋਲ ਹੈ ਇਹਦੇ ਵਿੱਚ ਕਿ ਬੱਚਿਆਂ ਦਾ ਸਮੂਹਕ ਤੌਰ ਦੇ ਉੱਤੇ ਕਿਉਂਕਿ ਅਸੀਂ ਜੇ ਬੱਚੇ ਨੂੰ ਸਕੂਲ ਭੇਜਦੇ ਹਾਂ ਉੱਥੇ 50-60 ਪਰਿਵਾਰਾਂ ਦੇ ਬੱਚੇ ਇਕੱਠੇ ਹੁੰਦੇ ਆ ਔਰ ਉਹਦੇ ਵਿੱਚ ਫਿਰ ਸੁਸਾਇਟੀ ਦਾ ਰੋਲ ਆ ਜਾਂਦਾ ਸੁਸਾਇਟੀ ਦੀ ਸਮੁੱਚੇ ਤੌਰ 'ਤੇ ਕੀ ਭੂਮਿਕਾ ਆ ਕਿ ਬੱਚਿਆਂ ਦੀ ਮਾਨਸਿਕਤਾ ਇਸ ਤਰ੍ਹਾਂ ਬਣਾਈ ਜਾਵੇ ਕਿ ਉਹ ਨਸ਼ਿਆਂ ਵੱਲ ਨੂੰ ਜਾਣ ਹੀ ਨਾ ਤੁਹਾਡਾ ਕੀ ਵਿਚਾਰ ਹੈ ਦੇਖੋ ਆਪਾਂ 3 ਜਾਂ 4 ਸਾਲ ਦੇ ਬੱਚੇ ਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੰਦੇ ਅੱਜ ਕੱਲ੍ਹ ਆਮ ਇਹ ਹੈ ਔਰ ਘਰ ਤੋਂ ਫਿਰ ਬੱਚਾ ਜਿਹੜਾ ਉਹ ਜਦੋਂ ਸਕੂਲ ਵਿੱਚ ਜਾਂਦਾ ਉੱਥੇ ਉਹਨੂੰ ਇੱਕ ਵੱਖਰੀ ਕਿਸਮ ਦਾ ਮਾਹੌਲ ਜਿਹੜਾ ਮਿਲਦਾ ਔਰ ਇਹ ਜਿਹੜਾ ਮਾਹੌਲ ਹੈਗਾ ਇਹਦੇ ਵਿੱਚ ਉਹ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਨੋਟ ਕਰਦਾ ਆਪਣੇ ਦੋਸਤਾਂ ਨੂੰ ਨੋਟ ਕਰਦਾ ਹੈ ਉਹਨਾਂ ਦੀਆਂ ਕਈ ਗੱਲਾਂ ਵੱਲ ਧਿਆਨ ਦਿੰਦਾ ਔਰ ਮੁੱਖ ਤੌਰ 'ਤੇ ਚਾਹੁੰਦਾ ਜੀ ਮੈਂ ਇਹ ਕਹਾਂਗਾ ਕਿ ਉਹ ਆਪਣੇ ਅਧਿਆਪਕ ਵੱਲ ਦੇਖਦਾ ਉਹ ਆਪਣੇ ਅਧਿਆਪਕ ਨੂੰ ਫੋਲੋ ਕਰਦਾ ਪੇਰੈਂਟਸ ਤੋਂ ਬਾਅਦ ਦੂਸਰੇ ਨੰਬਰ 'ਤੇ ਸੁਸਾਇਟੀ ਦੇ ਵਿੱਚ ਜੇ ਕੋਈ ਰੋਲ ਹੈ ਬੱਚੇ ਨੂੰ ਸੰਭਾਲਣ ਦਾ ਤਾਂ ਉਹ ਅਧਿਆਪਕ ਦਾ ਹੈ ਅਗਰ ਅਧਿਆਪਕ ਬੱਚਿਆਂ ਦੀ ਦੇਖਭਾਲ ਵੱਲ ਗੰਭੀਰ ਨਹੀਂ ਹੈ ਉਹਨੂੰ ਬੱਚਿਆਂ ਦੇ ਵਿੱਚ ਆ ਰਹੀਆਂ ਤਬਦੀਲੀਆਂ ਜਾਂ ਕਿਸੇ ਬੱਚੇ ਦੇ ਸੁਭਾਅ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਬਾਰੇ ਉਹ ਨੋਟ ਨਹੀਂ ਕਰਦਾ ਅਤੇ ਉਹ ਫਿਰ ਜਾਂ ਤਾਂ ਉਹ ਸਮੱਸਿਆ ਬਾਰੇ ਜਾਣਦਾ ਨਹੀਂ ਹੈ ਜਾਂ ਫਿਰ ਉਹ ਅਵੇਸਲਾਪਣ ਦਿਖਾ ਰਿਹਾ ਹੈਗਾ ਡਾਕਟਰ ਸਾਹਿਬ ਟੀਚਰ ਦੀ ਇੱਕ ਤਾਂ ਇਹ ਹੁੰਦਾ ਕਿ ਉਹ ਬੇਧਿਆਨੇ ਰਹਿੰਦਾ ਦੇਖਦਾ ਨਹੀਂ ਕਿ ਬੱਚਿਆਂ 'ਚ ਤਬਦੀਲੀ ਆ ਰਹੀ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ ਆਪ ਕਿਸ ਤਰ੍ਹਾਂ ਦੀ ਉਹ ਐਗਜ਼ਾਮਪਲ ਪੇਸ਼ ਕਰਦਾ ਜਿਸ ਤਰ੍ਹਾਂ ਦਾ ਉਹ ਹੋਏਗਾ ਉਹ ਹੀ ਉਹਦਾ ਰੋਲ ਮਾਡਲ ਹੁੰਦਾ ਕਈ ਵਾਰੀ ਟੀਚਰ ਰੋਲ ਮਾਡਲ ਹੁੰਦਾ ਉਹਦਾ ਆਪਣਾ ਲੇਕਿਨ ਕੁਛ ਹਾਲਾਤ ਦੇ ਵਿੱਚ ਐਸਾ ਹੁੰਦਾ ਹੈ ਕਿ ਉਹਦੇ 'ਚ ਟੀਚਿੰਗ ਦੀ ਟੈਂਡੈਂਸੀ ਹੀ ਨਹੀਂ ਹੁੰਦੀ ਉਹ ਮਜਬੂਰੀ ਵੱਸ ਕਿਉਂਕਿ ਹੋਰ ਉਹਨੂੰ ਉਹਦੀ ਰੁਚੀ ਦਾ ਕੰਮ ਨਹੀਂ ਮਿਲਿਆ ਅਤੇ ਉਹਨੂੰ ਟੀਚਿੰਗ ਦਾ ਕੰਮ ਕਰਨਾ ਪੈ ਗਿਆ ਇਸ ਤਰ੍ਹਾਂ ਦੇ ਵੀ ਇਹਦੇ ਵਿੱਚ ਵੀ ਕੋਈ ਰੋਲ ਹੈ ਕਿ ਵੀ ਉਹਨੂੰ ਸਹੀ ਰਸਤਾ ਖੁਦ ਹੀ ਨਹੀਂ ਮਿਲਿਆ ਉਹਨੇ ਕਿੱਧਰ ਨੂੰ ਜਾਣਾ ਸੀ ਉਹ ਟੀਚਿੰਗ ਵਿੱਚ ਚਲਾ ਗਿਆ ਬਿਲਕੁਲ ਉਹ ਆਪ ਹੀ ਮਤਲਬ ਇਹ ਬਿਲਕੁਲ ਠੀਕ ਹੈ ਕਿ ਉਹਨੇ ਜਿਹੜਾ ਕਿੱਤਾ ਅਪਣਾਇਆ ਉਹ ਕਿੱਤੇ ਬਾਰੇ ਹੀ ਉਹ ਆਪਣਾ ਗੰਭੀਰ ਨਹੀਂ ਹੈ ਉਹਨੇ ਮਜਬੂਰੀ ਕਰਕੇ ਉਹਨੂੰ ਹੋਰ ਕੋਈ ਕਿੱਤਾ ਨਹੀਂ ਮਿਲਿਆ ਚਲੋ ਉਹਨੇ ਕਿਹਾ ਮੈਂ ਇੱਧਰ ਟੀਚਰ ਲੱਗ ਜਾਂਦਾ ਪਾਰਟ ਟਾਈਮ ਕੰਮ ਕਰ ਲੈਂਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬੱਚਿਆਂ ਦੀ ਤੁਸੀਂ ਛੋਟੀ ਛੋਟੀ ਹਰਕਤ ਵੀ ਨੋਟ ਕਰੋਗੇ ਤਾਂ ਤੁਹਾਨੂੰ ਇਹ ਸਹੂਲਤ ਹੋ ਜਾਏਗੀ ਕਿ ਇੱਕ ਬੱਚਾ ਜਿਹੜਾ ਆ ਉਹ ਦੂਸਰੇ ਬੱਚੇ ਨਾਲੋਂ ਵੱਖਰਾ ਕਿਉਂ ਹੈ ਦੇਖੋ ਨਾ ਅਸੀਂ ਕਹਿੰਦੇ ਹਾਂ ਕਿ ਬੱਚੇ ਸਾਡੇ ਮਤਲਬ ਲੋਕ ਬੱਚੇ ਜਿਹੜੇ ਨਸ਼ੇ ਕਰ ਰਹੇ ਆ ਨੌਜਵਾਨ ਨਸ਼ੇ ਕਰ ਰਹੇ ਆ ਪਰ ਕੀ ਸਾਰੇ ਨੌਜਵਾਨ ਨਸ਼ੇ ਕਰ ਰਹੇ ਆ ਜਿਹੜੇ ਨੌਜਵਾਨ ਨਸ਼ੇ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਉਹਨਾਂ ਵਿੱਚ ਕੀ ਫਰਕ ਹੈ ਜਾਂ ਇਹ ਕਹਿ ਰਹੇ ਹੋ ਕਿ ਜਿਹੜੇ ਨਸ਼ੇ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਅਸਲ ਮੁੱਦਾ ਇਹ ਹੈ ਕਿ ਅਸੀਂ ਉਹਨਾਂ ਦੀ ਸਹੀ ਸਮੇਂ ਸਿਰ ਪਹਿਚਾਣ ਨਹੀਂ ਕਰ ਸਕਦੇ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਿ ਇਹ ਤਾਂ ਹੋ ਗਿਆ ਕਿ ਜ਼ੋਰ ਲੱਗਾ ਹੋਇਆ ਕਿ ਬੱਚਾ ਠੀਕ ਰਵੇ ਇਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਤੁਸੀਂ ਇੱਕ ਸਾਡੇ ਸਾਹਮਣੇ ਇੱਕ ਫੈਕਟ ਹੈ ਜਿਹੜਾ ਸੱਚਾਈ ਹੈ ਲਿਆ ਚੁੱਕੇ ਹਾਂ ਕਿ ਇਹ ਕੁਛ ਫੋਰਸਿਸ ਹੈ ਉਹ ਬੜੀ ਮਿਹਨਤ ਕਰਕੇ ਬੱਚਿਆਂ ਨੂੰ ਨਸ਼ਿਆਂ ਵੱਲ ਲਿਜਾਂਦੇ ਕਿਉਂਕਿ ਉਹਨਾਂ ਦੀ ਆਪਣੀ ਲੋੜ ਪੈਦਾ ਹੋ ਜਾਂਦੀ ਇਹਦਾ ਮਤਲਬ ਕਿ ਦੋ ਟ੍ਰੈਂਡ ਹਨ ਜਿਹੜੇ ਨੈਗੇਟਿਵ ਅਤੇ ਪੋਜ਼ੀਟਿਵ ਵਿਗਾੜਨ ਵਾਲੇ ਅਤੇ ਸੁਧਾਰਨ ਵਾਲੇ ਉਹ ਨਾਲ ਨਾਲ ਚੱਲਦੇ ਨੇ ਇਹਦੇ ਬਾਰੇ ਕੁਛ ਤੁਸੀਂ ਜਾਣਨਾ ਪਾਓਗੇ ਕਿ ਕਿਸ ਤਰ੍ਹਾਂ ਉਹਨਾਂ ਦਾ ਕਲੈਸ਼ ਚੱਲਦਾ ਆ ਜਿਹਨੂੰ ਅਸੀਂ ਸੱਭਿਅਤਾ ਅਤੇ ਸੱਭਿਅਤਾ ਦੇ ਖਿਲਾਫ ਵਾਲੇ ਫੈਕਟਰ ਨੇ ਜਿਹੜੇ ਜਾਂ ਸੱਭਿਆ ਜਾਂ ਅਸੱਭਿਆ ਜਿਹੜਾ ਹੈਗਾ ਆ ਕਿਉਂਕਿ ਸੱਭਿਆ ਇਕੱਲਾ ਨਹੀਂ ਹੋ ਸਕਦਾ ਉਹਦੇ ਨਾਲ ਅਸੱਭਿਆ ਜ਼ਰੂਰ ਹੋਏਗਾ ਸੋ ਇਸ ਕਰਕੇ ਉਹਦੇ ਬਾਰੇ ਤੁਸੀਂ ਸਾਨੂੰ ਕੁਛ ਜਾਣਨਾ ਪਾਓਗੇ ਗਲਤੀ ਸਾਡੇ ਕੋਲ ਇਹ ਹੋ ਗਈ ਕਿ ਅਸੀਂ ਬੱਚਿਆਂ ਨੂੰ ਸੰਭਾਲਿਆ ਨਹੀਂ ਅਸੀਂ ਇੱਕ ਦੌੜ ਵਿੱਚ ਪੈ ਗਏ ਕਿ ਚਲੋ ਆਪਣਾ ਜਿਹੜੀ ਦੌੜ ਸ਼ੁਰੂ ਹੋਈ ਸੀ ਸਮਾਜ ਵਿੱਚ ਪੈਸਾ ਕਮਾਓ ਅੱਗੇ ਵਧੋ ਅਤੇ ਬੱਚੇ ਜਿਹੜੇ ਸੀ ਉਹ ਸਾਡੇ ਕੋਲ ਸੈਕੰਡਰੀ ਚੀਜ਼ ਹੋ ਗਈ ਠੀਕ ਹੈ ਨਾ ਉਹ ਹੁਣ ਉਹ ਇੱਕ ਪਾਸੇ ਨੂੰ ਲੱਗ ਗਏ ਜਿਹੜੀਆਂ ਲਾਉਣ ਵਾਲੀਆਂ ਤਾਕਤਾਂ ਸੀ ਉਹ ਜਿਹੜੀਆਂ ਹਟਾਉਣ ਵਾਲੀਆਂ ਤਾਕਤਾਂ ਆ ਉਹਨਾਂ ਨੂੰ ਜ਼ਿਆਦਾ ਤਾਕਤਵਰ ਉਹਨਾਂ ਨਾਲ ਤਾਕਤਵਰ ਨਿਕਲੇ ਜ਼ਿਆਦਾ ਤਾਕਤਵਰ
ਜ਼ਰੂਰੀ ਗੱਲ ਜਿਹੜੀ ਹੈ ਸਮਝਣ ਵਾਲੀ ਹੈ ਕਿਉਂ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਜਾਂ ਵਪਾਰ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਦੇਖਣ 'ਚ ਇਹ ਆਈ ਹੈ ਕਿ ਇਹਦੇ 'ਚ ਪੈਸਾ ਬਹੁਤ ਹੈ ਪੈਸਾ ਔਰ ਜਲਦੀ ਆਉਂਦਾ ਔਰ ਰਾਤੋ ਰਾਤ ਆ ਜਾਂਦਾ ਜੀ ਰਾਤੋ ਰਾਤ ਆ ਜਾਂਦਾ ਇਸ ਕਰਕੇ ਉਹ ਜਿਹੜੇ ਸਮਗਲਰ ਕਹਿ ਲਓ ਉਹਨਾਂ ਨੂੰ ਵਪਾਰੀ ਕਹਿ ਲਓ ਕੁਛ ਕਹਿ ਲਓ ਉਹਨਾਂ ਦਾ ਇਹ ਮਤਲਬ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨਸ਼ਾ ਜਿਹੜਾ ਆ ਉਹ ਬਾਜ਼ਾਰ ਦੇ ਵਿੱਚ ਸੁੱਟਿਆ ਜਾਵੇ ਔਰ ਅੱਗੋਂ ਉਹਨਾਂ ਨੂੰ ਵਰਤਣ ਵਾਲੇ ਜਿਹੜੇ ਵੱਧ ਤੋਂ ਵੱਧ ਜਿਹੜੇ ਤੁਸੀਂ ਕਹਿ ਲਓ ਐਂਡ ਪੁਆਇੰਟ ਹੁੰਦੇ ਜਿਹੜੇ ਕੰਜ਼ਿਊਮਰ ਹੈ ਕੰਜ਼ਿਊਮਰ ਪੈਦਾ ਕੀਤੇ ਜੀ ਉਸ ਦੇ ਵਿੱਚ ਅਸੀਂ ਸਮਝ ਲਓ ਕਿ ਮਾਰ ਖਾ ਗਏ ਉਹ ਲੜਾਈ ਜਿਹੜੀ ਸੀ ਅਸੀਂ ਹਾਰ ਚੁੱਕੇ ਹਾਂ ਹੁਣ ਜਿਹੜੀ ਲੜਾਈ ਇਹ ਹੈ ਹੁਣ ਸਾਡੀ ਲੜਾਈ ਜਿਹੜੀ ਅਗਲੇ ਪੜਾਅ 'ਚ ਹੈ ਕਿ ਜਿਹੜੇ ਬੱਚੇ ਨਵੇਂ ਬੱਚੇ ਆ ਜਿਹੜੇ ਉੱਭਰ ਰਹੇ ਬੱਚੇ ਉਹਨਾਂ ਨੂੰ ਅਸੀਂ ਬਚਾਉਣਾ ਹੈ ਇੱਕ ਤਾਂ ਇਹ ਆ ਦੂਸਰੀ ਇਹ ਕਿ ਜਿਹੜੇ ਵਿਚਾਰੇ ਨਸ਼ਿਆਂ ਨੂੰ ਲੱਗ ਚੁੱਕੇ ਆ ਉਹਨਾਂ ਨੂੰ ਅਸੀਂ ਉਹਨਾਂ ਦਾ ਇਲਾਜ ਕਰਕੇ ਵਾਪਸ ਕਿਵੇਂ ਲਿਆਉਣਾ ਪਰ ਇਹ ਮੈਂ ਗੱਲ ਜ਼ਰੂਰ ਕਹਾਂਗਾ ਕਿ ਅਸੀਂ ਇੱਕ ਲੜਾਈ ਜਿਹੜੀ ਆ ਉਹ ਹਾਰ ਚੁੱਕੇ ਹਾਂ ਇਕੱਲੇ ਅਸੀਂ ਨਹੀਂ ਸਾਰੀ ਦੁਨੀਆ ਇਹ ਲੜਾਈ ਜਿਹੜੀ ਹੈ ਹਾਰ ਚੁੱਕੀ ਆ ਅਮਰੀਕਾ ਦਾ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਹੈ ਬਰਾਕ ਓਬਾਮਾ ਉਹ ਖੁਦ ਕਹਿ ਚੁੱਕਾ ਕਿ ਅਸੀਂ ਨਸ਼ਿਆਂ ਵਿਰੁੱਧ ਲੜੀ ਲੜਾਈ ਹੈ ਉਹ ਹਾਰ ਚੁੱਕੇ ਹਾਂ ਸੋ ਇਹ ਗੱਲ ਦੁਹਰਾ ਦੁਹਰਾ ਕੇ ਡਾਕਟਰ ਸਾਹਿਬ ਨੇ ਕਹੀ ਆ ਹੁਣੇ ਤਿੰਨ ਚਾਰ ਵਾਰੀ ਦੁਹਰਾਇਆ ਉਹਨਾਂ ਨੇ ਕਿ ਅੱਛਾਈ ਅਤੇ ਬੁਰਾਈ ਦੀ ਜੰਗ ਦੇ ਵਿੱਚ ਨਸ਼ਿਆਂ ਅਤੇ ਸੋਫੀਆਂ ਦੇ ਜੰਗ ਦੇ ਵਿੱਚ ਸੁਸਾਇਟੀ ਨੂੰ ਬਿਲਡ ਕਰਨ ਅਤੇ ਸੁਸਾਇਟੀ ਨੂੰ ਵਿਗਾੜਨ ਦੀ ਜੰਗ ਦੇ ਵਿੱਚ ਜਿਹੜਾ ਨਸ਼ਿਆਂ ਦਾ ਖੇਤਰ ਹੈ ਉਹਦੇ 'ਚ ਇਹ ਕਹਿੰਦੇ ਨੇ ਕਿ ਅਸੀਂ ਲੜਾਈ ਹਾਰ ਚੁੱਕੇ ਹਾਂ ਹਾਲਾਂਕਿ ਮੇਰੇ ਮਨ 'ਚ ਆਉਂਦਾ ਸੀ ਕਿ ਜਿਹੜੀ ਬੁਰਾਈ ਦੇ ਫੈਕਟਰ ਨੇ ਉਹ ਭਾਰੂ ਹੋ ਚੁੱਕੇ ਸਾਡੇ ਉੱਤੇ ਹੈਵੀ ਹੋ ਚੁੱਕੇ ਲੇਕਿਨ ਇਹਨਾਂ ਨੇ ਇਸ ਤੋਂ ਅੱਗੇ ਗੱਲ ਕੀਤੀ ਹੈ ਕਿ ਭਾਰੂ ਹੀ ਨਹੀਂ ਸਗੋਂ ਬਰਾਕ ਓਬਾਮਾ ਦੀ ਦੇ ਬਿਆਨ ਦਾ ਹਵਾਲਾ ਦੇ ਕੇ ਵੀ ਉਹ ਕਹਿੰਦੇ ਨੇ ਕਿ ਸਾਡੇ ਹੀ ਨਹੀਂ ਸਾਰੀ ਦੁਨੀਆ ਦੇ ਸੋ ਇਸ ਕਰਕੇ ਜੇਕਰ ਅਸੀਂ ਅੱਛੀ ਕੌਮ ਬਿਲਡ ਕਰਨਾ ਚਾਹੁੰਦੇ ਹਾਂ ਤਾਂ ਉਹਦਾ ਮਤਲਬ ਇਹ ਨਹੀਂ ਕਿ ਜੀ ਹੁਣ ਬਿਲਡ ਹੋ ਗਈ ਉਹਦੇ ਉੱਤੇ ਕਿਉਂਕਿ ਹਮਲਾ ਲਗਾਤਾਰ ਹੁੰਦਾ ਰਹੇਗਾ ਇਸ ਕਰਕੇ ਨਸ਼ਿਆਂ ਦੀ ਜੰਗ ਦੇ ਵਿੱਚ ਸਾਨੂੰ ਨਸ਼ਿਆਂ ਦੇ ਖਿਲਾਫ਼ ਇੱਕ ਲਗਾਤਾਰ ਲੜਾਈ ਜਾਰੀ ਰੱਖਣੀ ਪਏਗੀ ਤੁਹਾਡੇ ਗੱਲ 'ਚੋਂ ਇਹ ਕੀ ਕਹਿਣਾ ਚਾਹੁੰਦੇ ਬਿਲਕੁਲ ਬਿਲਕੁਲ ਇਹ ਗੱਲ ਤੁਹਾਡੀ 16 ਨੇ ਸੱਚ ਹੈ ਕਿ ਨਸ਼ਿਆਂ ਦੇ ਖਿਲਾਫ਼ ਜੇ ਤੁਸੀਂ ਲੜਾਈ ਲੜਨੀ ਆ ਅਤੇ ਇਹ ਮਤਲਬ ਵਕਤੀ ਲੜਾਈ ਨਹੀਂ ਹੋਣੀ ਚਾਹੀਦੀ ਕੋਈ 2-4-6 ਮਹੀਨੇ ਸਾਲ ਚਲਾ ਲਓ ਇਹਨੂੰ ਨਹੀਂ ਇਹ ਇੱਕ ਲਗਾਤਾਰ ਚੱਲਣ ਵਾਲਾ ਕੰਮ ਹੈ ਮੈਂ ਤਾਂ ਇਹ ਕਹਾਂਗਾ ਜਿਹੜਾ ਨਵੀਂ ਕਿਤਾਬ 'ਚ ਵੀ ਮੈਂ ਇਹ ਜ਼ੋਰ ਦਿੱਤਾ ਇਸ ਚੀਜ਼ 'ਤੇ ਕਿ ਹੋਰ ਕੋਈ ਕੰਮ ਹੋਵੇ ਚਾਹੇ ਨਾ ਹੋਵੇ ਸਰਕਾਰ ਕੋਲੋਂ ਪੰਜਾਬ ਦੀ ਸਰਕਾਰ ਵਾਲੇ ਮੈਂ ਖਾਸ ਕਰਨਾ ਕਿ ਹੋਰ ਕੋਈ ਕੰਮ ਤੁਹਾਡੇ ਕੋਲੋਂ ਨਾ ਹੋਵੇ ਚਾਹੇ ਨਾ ਹੋਵੇ ਇਹ ਕੰਮ ਜਿਹੜਾ ਇਹਨੂੰ ਜ਼ਰੂਰ ਕਰਦੇ ਰਹੋ ਜੇ ਤੁਸੀਂ ਨਸ਼ਿਆਂ ਦੇ ਸੇਕ ਤੋਂ ਜਵਾਨੀ ਨੂੰ ਬਚਾਉਣਾ ਹੈ ਨਹੀਂ ਤਾਂ ਪੰਜਾਬ ਦੀ ਜਿਹੜੀ ਆਖਰੀ ਤਰੀਕ ਹੈ ਨਾ ਇਹਦੀ ਖੁਸ਼ਹਾਲੀ ਦੀ ਜਿਹੜੀ ਆਖਰੀ ਤਰੀਕ ਹੈ ਉਹ ਤਕਰੀਬਨ ਲਿਖੀ ਜਾ ਚੁੱਕੀ ਹੈ ਨਹੀਂ ਡਰਾ ਨਹੀਂ ਰਿਹਾ ਇਹ ਮੈਂ ਸੱਚਾਈ ਬਿਆਨ ਕਰ ਰਿਹਾ ਤੁਸੀਂ ਇਸ ਜਿੰਨੀ ਇਸ ਸਮੱਸਿਆ ਦੇ ਵਿੱਚ ਕੁੱਭੋਗੇ ਓਨਾ ਹੀ ਤੁਹਾਨੂੰ ਇਸ ਸਮੱਸਿਆ ਦੀ ਗੰਭੀਰਤਾ ਬਾਰੇ ਪਤਾ ਲੱਗੇਗਾ ਸੋ ਅਸੀਂ ਜਦੋਂ ਚੀਜ਼ ਨੂੰ ਉੱਪਰੋਂ ਉੱਪਰੋਂ ਦੇਖਦੇ ਹਾਂ ਤਾਂ ਸਾਡਾ ਦੇਖਣ ਦਾ ਨਜ਼ਰੀਆ ਆਪਣਾ ਵੱਖਰਾ ਹੁੰਦਾ ਉਦੋਂ ਸ਼ਾਇਦ ਸਾਨੂੰ ਉਹਦੀ ਗੰਭੀਰਤਾ ਨਜ਼ਰ ਨਹੀਂ ਆਉਂਦੀ ਕਿਉਂਕਿ ਡਾਕਟਰ ਸਾਹਿਬ ਬਹੁਤ ਸਾਲਾਂ ਤੋਂ ਖੋਜ ਵਿੱਚ ਲੱਗੇ ਹੋਏ ਨੇ ਇਹ ਜਿਉਂ ਜਿਉਂ ਥੱਲੇ ਇਹਦੀ ਖੋਜ ਵਿੱਚ ਜਾਈ ਜਾਂਦੇ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਲੱਗੀ ਜਾਂਦਾ ਆ ਕਿ ਬਈ ਇਹ ਸ਼ਾਇਦ ਅਸੀਂ ਆਖਰੀ ਤਰੀਕ ਵੱਲ ਨੂੰ ਵਧੇਰਦੇ ਜਾ ਰਹੇ ਹਾਂ ਸੋ ਇਹਦੀ ਗੰਭੀਰਤਾ ਵੱਲ ਇਹ ਇਸ਼ਾਰਾ ਕਰ ਰਹੇ ਨੇ ਜਿਹੜੇ ਪੁਆਇੰਟ ਅੱਜ ਇਹਨਾਂ ਨੇ ਕਵਰ ਕੀਤੇ ਨੇ ਬੜੇ ਮਹੱਤਵਪੂਰਨ ਨੇ ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਕਰਨ 'ਤੇ ਮਜਬੂਰ ਹਾਂ ਕਿ ਕਿਸ ਤਰ੍ਹਾਂ ਇਸ ਨਸ਼ੇ ਦੀ ਜੰਗ ਦੇ ਵਿੱਚ ਸਾਡਾ ਹਾਲ ਖਰਾਬ ਹੋ ਚੁੱਕਾ ਅਸੀਂ ਇਹਦੇ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਇਹਦੇ ਬਹੁਤ ਹੋਰ ਮਹੱਤਵਪੂਰਨ ਪੱਖ ਨੇ ਜਿਹੜੇ ਡਾਕਟਰ ਸਾਹਿਬ ਦੇ ਨਾਲ ਅਸੀਂ ਅਗਲੀ ਕੜੀ ਦੇ ਵਿੱਚ ਉਹ ਡਿਸਕਸ ਕਰਾਂਗੇ ਵਿਚਾਰਾਂਗੇ ਡਾਕਟਰ ਸਾਹਿਬ ਤੁਸੀਂ ਇਸ ਲੜੀ ਦੇ ਵਿੱਚ ਇਸ ਕੜੀ ਦੇ ਵਿੱਚ ਆਪਣੇ ਬਹੁਤ ਅੱਛੇ ਵਿਚਾਰ ਦਿੱਤੇ ਨੇ ਮੈਂ ਤੁਹਾਡਾ ਬੜਾ ਬੜਾ ਸ਼ੁਕਰੀਆ ਥੈਂਕ ਯੂ ਵੈਰੀ ਮੱਚ ਅਗਲੀ ਕੜੀ ਦੇ ਵਿੱਚ ਅਸੀਂ ਇਹਦਾ ਅਗਲਾ ਪੁਆਇੰਟ ਲਵਾਂਗੇ ਡਾਕਟਰ ਸਾਹਿਬ